ਅਧਿਕਾਰੀ ਅਜੇ ਹੁੰਦੇ ਨੇ ਜੋ ਗਲਤ ਕੰਮ ਕਰਕੇ ਆਪਣਾ ਨਾਮ ਤਾਂ ਖਰਾਬ ਕਰਦੇ ਹੀ ਨੇ ਤੇ ਨਾਲ ਹੀ ਵਿਭਾਗ ਦਾ ਨਾਮ ਵੀ ਖਰਾਬ ਕਰ ਦਿੰਦੇ ਨੇ। ਤਾਜ਼ਾ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਕਿ ਵਿਜੀਲੈਂਸ ਵਿਭਾਗ ਨੇ ਇੱਕ ASI ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਕੁਲਦੀਪ ਸਿੰਘ ਨੇ ਕਿਹਾ ਕਿ ASI ਦੇ ਵੱਲੋਂ ਦਿੱਤੀ ਗਈ ਸ਼ਿਕਾਇਤ ਤੇ ਕਾਰਵਾਈ ਕਰਨ ਦੇ ਬਦਲੇ 30,000 ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਅੱਜ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਗਿਆ। ਰਣਜੀਤ ਸਿੰਘ ਵਾਸੀ ਗੁਰੂ ਹਰ ਸਾਹਿਬ ਜਿਹੜਾ ਰੂਟ ਇੰਚਾਰਜ ਪਟਿਆਲੇ ਲੱਗਿਆ ਹੋਇਆ, ਇਹ ਸਾਡੇ ਕੋਲ ਜਿਹੜਾ ਕੱਲ ਅੱਜ ਆਇਆ ਸੀਗਾ ਤੇ ਅੱਜ ਆ ਕੇ ਇਹਨੇ ਸਾਨੂੰ ਦੱਸਿਆ ਕਿ ਇਹਨਾਂ ਨੇ 16 ਫਰਵਰੀ ਨੂੰ ਦਰਖਾਸਤ ਦਿੱਤੀ ਸੀ ਕਿਸੇ ਸੁਰਜੀਤ ਸਿੰਘ ਦੇ ਖਿਲਾਫ, ਇਹਦੀ ਵਾਈਫ ਭਾਰਤੀ ਨੇ, ਤੇ ਉਸ ਦਰਖਾਸਤ ਪਰ ਜਿਹੜਾ ASI ਦਰਸ਼ਨ ਲਾਲ ਸੀਗਾ ਇਹ ਕਾਰਵਾਈ ਨਹੀਂ ਕਰ ਰਿਹਾ ਸੀ। DSP ਸਾਹਿਬ ਨੇ ਇਹਨਾਂ ਨੂੰ ਦਰਖਾਸਤ ਮੁੱਖ ਅਫਸਰ ਨੂੰ ਮਾਰਕ ਕੀਤੀ ਹੋਈ ਸੀ, ਉਹਨਾਂ ਨੇ ਅੱਗੇ ਦਰਸ਼ਨ ਲਾਲ ਨੂੰ ਮਾਰਕ ਕੀਤੀ ਹੋਈ ਸੀ। ਉਹ ਕਾਰਵਾਈ ਕਰਨ ਦੇ ਇਸ ਨੇ 30,000 ਰੁਪਏ ਮੰਗੇ ਸੀ, 10,000 ਰੁਪਏ ਇਹਨਾਂ ਨੇ ਜਿਹੜੀ ਮੰਗ 'ਤੇ ਮਜਬੂਰਨ ਬਸ ਇਹਦੀ ਵਾਈਫ ਨੂੰ ਦੇਣੇ ਪਏ ਅਤੇ 20,000 ਰੁਪਇਆ ਹੋਰ ਮੰਗ ਕਰ ਰਿਹਾ ਸੀ। ਅਤੇ ਇਹਨਾਂ ਦੇ ਮਿੰਨਤਾਂ ਤਰਲੇ ਕਰਨ 'ਤੇ ਫਿਰ ਇਹਨਾਂ ਨੇ ਜਿਹੜਾ ਇੰਸਟਾਲਮੈਂਟਸ 'ਚ ਮੰਗ ਕੀਤੀ ਵੀ ਮੈਨੂੰ ਇੰਸਟਾਲਮੈਂਟਸ ਦੇ ਵਿੱਚ ਪੈਸੇ ਦੇ ਦਿਉ, ਅਤੇ ਅੱਜ ਇਹਨਾਂ ਨੇ ਕਿਹਾ ਸੀ 10,000 ਰੁਪਏ ਦੇ ਦਿਉ, ਅਤੇ 10,000 ਰੁਪਇਆ ਇਹਨੇ ਸਾਡੇ ਪੇਸ਼ ਕੀਤੇ, ਉਸ ਨੂੰ ਉਸ ਜਿਹੜਾ ਕਾਇਦੇ ਮੁਤਾਬਕ ਉਸ ਨੂੰ ਰੰਗ ਲਾ ਕੇ ਇਸਨੂੰ ਦਿੱਤਾ ਸੀ ਜਿਹੜਾ ਇਹਨੇ ਜਿਹੜਾ ਬਤੌਰ ਰਿਸ਼ਵਤ ਹਾਸਲ ਕਰ ਲਿਆ ਸੀਗਾ, ਤੇ ਰਿਸ਼ਵਤ ਦੇ ਅਸੀਂ ਰੰਗੇ ਹੱਥੀ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਦੀ ਕਾਰਵਾਈ ਜਾਰੀ ਹੈ। ਉਧਰ ਦੂਜੇ ਪਾਸੇ ਸਹਾਇਕ ਥਾਣੇਦਾਰ ਦਰਸ਼ਨ ਲਾਲ ਨੇ ਆਪਣੇ ਤੇ ਲੱਗੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸਨੇ ਕਿਸੇ ਤੋਂ ਕੋਈ ਵੀ ਰਿਸ਼ਵਤ ਨਹੀਂ ਲਈ ਹੈ, ਉਸ ਨੂੰ ਫਸਾਇਆ ਜਾ ਰਿਹਾ। ਬਿਲਕੁਲ ਜੀ, ਇੱਕ ਮਨਜੀਤ ਸਿੰਘ ਦੀ ਕੋਈ ਦਰਖਾਸਤ ਸੀਗੀ ਮੇਰੇ ਕੋਲੇ, ਉਹਦੇ ਸੰਬੰਧ ਵਿੱਚ ਉਹ ਵਾਰ-ਵਾਰ ਮੈਨੂੰ ਫੋਨ ਕਰ ਰਿਹਾ ਸੀਗਾ ਤੇ ਉਹਨੇ ਜਾਣਬੁੱਝ ਕੇ ਆ ਕੇ ਟੇਬਲ ਤੇ ਪੈਸੇ ਰੱਖ ਕੇ ਤੇ ਮੈਨੂੰ ਫਸਾਤਾ ਸੀਗਾ। ਠੀਕ ਹੈ, ਤੁਹਾਡੇ ਕੋਲ ਕੋਈ ਬਰਾਮਦਗੀ ਜਾਂ ਮੇਰੇ ਕੋਲ ਨਹੀਂ ਬਰਾਮਦਗੀ? ਤੁਹਾਨੂੰ ਦੱਸ ਦੇ ਕਿ ਗੁਰੂ ਹਰ ਸਾਹਿਬ ਦਾ ਰਹਿਣ ਵਾਲਾ ਮਨਜੀਤ ਸਿੰਘ ਜੋ ਕਿ ਪਟਿਆਲਾ ਵਿਖੇ ਰੂਟ ਇੰਚਾਰਜ ਦੀ ਨੌਕਰੀ ਕਰਦਾ, ਉਸ ਦੀ ਪਤਨੀ ਦੇ ਵੱਲੋਂ ਥਾਣੇ ਦੇ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਜੋ ਕਿ ਥਾਣਾ ਮੁਖੀ ਨੇ ਸਹਾਇਕ ਥਾਣੇਦਾਰ ਦਰਸ਼ਨ ਲਾਲ ਨੂੰ ਮਾਰਕ ਕਰ ਦਿੱਤੀ ਸੀ। ਕਈ ਦਿਨਾਂ ਤੱਕ ਜਦੋਂ ਕੋਈ ਵੀ ਕਾਰਵਾਈ ਨਹੀਂ ਹੋਈ ਤਾਂ ਉਹਨਾਂ ਨੇ ਥਾਣੇਦਾਰ ਦੇ ਨਾਲ ਮੁੜ ਤੋਂ ਸੰਪਰਕ ਕੀਤਾ। ਇਸ ਦੌਰਾਨ ਥਾਣੇਦਾਰ ਨੇ ਪੈਸਿਆਂ ਦੀ ਮੰਗ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਥਾਣੇਦਾਰ ਨੂੰ 10,000 ਰੁਪਏ ਦੇ ਦਿੱਤੇ, ਪਰ ਕੋਈ ਵੀ ਕਾਰਵਾਈ ਨਹੀਂ ਹੋਈ, ਜਿਸ ਤੋਂ ਬਾਅਦ ਬਾਕੀ ਦੇ 20,000 ਰੁਪਏ ਦੋ ਕਿਸ਼ਤਾਂ ਦੇ ਵਿੱਚ ਦੇਣ ਦੀ ਗੱਲ ਤੈਅ ਹੋ ਗਈ ਅਤੇ ਮਨਜੀਤ ਸਿੰਘ ਨੇ ਵਿਜੀਲੈਂਸ ਵਿਭਾਗ ਬਠਿੰਡਾ ਨੂੰ ਇਸ ਬਾਰੇ ਸੂਚਨਾ ਦਿੱਤੀ ਅਤੇ ਥਾਣੇਦਾਰ ਨੂੰ ਅੱਜ ਰੰਗੇ ਹੱਥੀ ਰਿਸ਼ਵਤ ਲੈਂਦੇ ਹੋਏ ਕਾਬੂ ਕਰ ਲਿਆ ਗਿਆ। ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੁੱਡੀ ਦੀ ਰਿਪੋਰਟ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।